ਸਤਿ ਸ਼੍ਰੀ ਅਕਾਲ ਜੀ, ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਗਰਮੀਆਂ ਲਈ ਕੁਝ ਪ੍ਰਿੰਟਡ ਸੂਟਸ ਆ ਜਿਨ੍ਹਾਂ ਨੂੰ ਤੁਸੀਂ ਕਿਵੇਂ ਸਟਾਈਲਿਸ਼ ਬਣਾ ਸਕਦੇ ਹੋ, ਸੋ ਉਹ ਸ਼ੇਅਰ ਕਰਾਂਗੇ। ਜਿਵੇਂ ਕਿ ਤੁਹਾਡੀ ਕਾਫੀ ਡਿਮਾਂਡ ਆ ਰਹੀ ਸੀ ਕਿ ਪ੍ਰਿੰਟਡ ਸੂਟਸ ਆ ਜਿਹੜੇ ਤੁਸੀਂ ਸ਼ੇਅਰ ਕਰੋ, ਔਰ ਜਿਵੇਂ ਵੀ ਸਾਨੂੰ ਕੋਈ ਪ੍ਰਿੰਟਡ ਸ਼ਰਟ ਹੈਗੀ ਹੈ ਜੀ, ਜਿਵੇਂ ਹੁਣ ਅੱਜ ਕੱਲ੍ਹ ਸਮਰਸ ਦੇ ਵਿੱਚ ਆਏ ਹੋਏ ਆ, ਬਹੁਤ ਹੀ ਪਿਆਰੇ ਜਿਹੇ, ਉਹਨਾਂ ਨੂੰ ਪਲੇਨ ਬੋਟਮਸ ਦੇ ਨਾਲ ਤੁਸੀਂ ਕਿਵੇਂ ਵੀਅਰ ਕਰ ਸਕਦੇ ਹੋ, ਸੋ ਉਸ ਤਰ੍ਹਾਂ ਦੇ ਸੂਟਸ ਆ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਜਿਵੇਂ ਕਿ ਅਗਰ ਤੁਸੀਂ ਪ੍ਰਿੰਟਡ ਸੂਟਸ ਆ ਜਿਵੇਂ ਲੀਨਨ ਦੇ ਵਿੱਚ ਬਣਾਉਣਾ ਚਾਹੁੰਦੇ ਹੋ, ਲੀਨਨ ਦੇ ਵਿੱਚ ਕਿਸ ਤਰ੍ਹਾਂ ਸ਼ਰਟ ਹੈਗਾ, ਜਿਵੇਂ ਇਹ ਵਾਲਾ ਬਹੁਤ ਹੀ ਸੋਬਰ ਜਿਹਾ ਸਟਾਈਲਿਸ਼ ਆ ਸ਼ਰਟ ਹੈਗਾ, ਇਹਦੇ ਨਾਲ ਅਸੀਂ ਮਹਿੰਦੀ ਕਲਰ ਦੀ ਜਿਵੇਂ ਲਾਈਟ ਜੀ ਗ੍ਰੀਨਿਸ਼ ਸ਼ੇਡ ਦੀ ਜਿਹੜੀ ਬੋਟਮ ਲਗਾਈ ਹੈ ਇਸ ਤਰ੍ਹਾਂ, ਔਰ ਇਹਦੇ ਨਾਲ ਇਸ ਤਰ੍ਹਾਂ ਬਹੁਤ ਹੀ ਬਰੀਕ ਜਿਹਾ ਵਰਕ ਕੀਤਾ ਹੋਇਆ। ਸੋ ਇਸ ਤਰ੍ਹਾਂ ਤੁਸੀਂ ਕੋਈ ਵੀ ਸ਼ਰਟ 'ਤੇ ਕੋਈ ਵੀ ਇੰਬਰੋਇਡਰੀ ਆ ਜਿਹੜੀ ਕਰਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਦਾ ਜਿਹੜਾ ਇਹਦੇ ਫਲਾਰ ਦਾ ਕਲਰ ਹੈਗਾ ਉਸ ਤਰ੍ਹਾਂ ਇਹਨੂੰ ਬਣਾ ਸਕਦੇ ਹੋ, ਉਹ ਕਲਰ ਦੇਖ ਕੇ ਆਪਾਂ ਬਹੁਤ ਹੀ ਪਿਆਰਾ ਜਿਹਾ ਇਹਨੂੰ ਸਟਾਈਲ ਦੇ ਸਕਦੇ। ਔਰ ਜਿਵੇਂ ਕਿ ਬਹੁਤ ਹੀ ਜਿਹੜਾ ਅੱਜ ਕੱਲ੍ਹ ਟ੍ਰੈਂਡਿੰਗ ਪ੍ਰਿੰਟ ਹੈਗਾ, ਬਹੁਤ ਜ਼ਿਆਦਾ ਟ੍ਰੈਂਡਿੰਗ ਚੱਲ ਰਿਹਾ, ਮਸਲੀਨ ਦੇ ਵਿੱਚ ਹੈ ਜੀ ਇਹ, ਔਰ ਇਹਦੇ ਵਿੱਚ ਸਾਰੇ ਤੁਹਾਨੂੰ ਸਾਰੇ ਕਲਰ ਦੇ ਰੋਜ਼ਿਸ ਆ ਜਿਹੜੇ ਦਿਖਾਈ ਦੇਣਗੇ। ਸੋ ਇਹਦੇ ਨਾਲ ਤੁਸੀਂ ਜਿਵੇਂ ਕਰੀਮ ਬੋਟਮ ਬਣਾ ਸਕਦੇ ਹੋ। ਇਹ ਜਿਹੜਾ ਸਟੱਫ ਹੈਗਾ ਸਾਡੇ ਕੋਲ ਜੀ 3-4 ਸ਼ਰਟਸ ਦਾ ਹੈਗਾ ਜੀ, ਸੋ ਤੁਸੀਂ ਇਹਨੂੰ ਐਜ਼ ਇਟ ਇਜ਼ ਔਡਰ ਕਰ ਸਕਦੇ ਹੋ। ਇਹਦੇ ਨਾਲ ਜਿਵੇਂ ਅਸੀਂ ਕਰੀਮ ਬੋਟਮ ਬਣਾਈ ਹੈਗੀ ਹੈ ਜਿਹਦੇ ਕਿ ਨੀਚੇ ਔਰਗੈਂਜ਼ਾ ਲੱਗਿਆ ਹੋਇਆ, ਇਸ ਤਰ੍ਹਾਂ ਔਰਗੈਂਜ਼ਾ ਲਗਾ ਕੇ ਇਹਦੇ 'ਤੇ ਨੀਚੇ ਵਰਕ ਕੀਤਾ ਹੋਇਆ। ਸੋ ਇਹਦੇ ਸ਼ਰਟ ਦੇ ਵਿੱਚ ਤੁਸੀਂ ਸੈਂਟਰ ਪੈਨਲ ਦੇ ਵਿੱਚ ਲੇਸਿਸ ਪਾ ਕੇ, ਪਿੰਟੈਕਸ ਪਾ ਕੇ ਇਹਨੂੰ ਸਿੰਪਲ ਜਿਹੜਾ ਡਿਜ਼ਾਇਨ ਕਰ ਸਕਦੇ ਹੋ। ਨਾਲ ਜਿਹੜੀ ਇਹਦੀ ਬੋਟਮ ਹੈਗੀ ਹੈ, ਇਸ ਤਰ੍ਹਾਂ ਬੋਟਮ 'ਤੇ ਆਪਾਂ ਵਰਕ ਕਰ ਸਕਦੇ ਹਾਂ। ਸੋ ਬੋਟਮ 'ਤੇ ਤੁਸੀਂ ਕੱਟ ਵਰਕ ਵੀ ਕਰਵਾ ਸਕਦੇ ਹੋ ਡਾਰਕ, ਜਾਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਫਲਾਵਰ ਦਾ ਕਲਰ ਦਿਖਾਏ ਹੈਗੇ ਆ, ਫਲਾਰ ਕਿਵੇਂ ਪਾ ਸਕਦੇ ਹਾਂ, ਸੋ ਇਸ ਤਰ੍ਹਾਂ ਵੀ ਤੁਸੀਂ ਬੋਟਮ ਆ ਜਿਹੜੀ ਬਣਾ ਸਕਦੇ ਹੋ। ਜਿਵੇਂ ਕਿ ਇਹਦੇ ਵਿੱਚ ਆਪਾਂ ਬੋਟਮ 'ਤੇ ਕੱਟ ਵਰਕ ਕੀਤਾ ਹੋਇਆ, ਔਰ ਇਸ ਤਰ੍ਹਾਂ ਸੈਂਟਰ ਪੈਨਲ ਦੇ ਵਿੱਚ ਆ ਜਿਹੜੀਆਂ ਲੇਸਿਸ ਦੇ ਕੇ ਪਿੰਟੈਕਸ ਦਿੱਤੀਆਂ ਹੋਈਆਂ, ਸਾਈਡਸ 'ਤੇ ਆਪਾਂ ਲੇਸ ਦਿੱਤੀ ਹੋਈ ਹੈ। ਸੋ ਇਸ ਤਰ੍ਹਾਂ ਤੁਸੀਂ ਕਿਸੇ ਵੀ ਸ਼ਰਟ ਨੂੰ ਸਟਾਈਲਿਸ਼ ਬਣਾ ਸਕਦੇ ਹੋ, ਔਰ ਇਸ ਤਰ੍ਹਾਂ ਪੋਟਲੀ ਦੇ ਸਕਦੇ ਹੋ, ਇਹਦੇ ਵਿੱਚ ਵੀ ਆਪਾਂ ਲੇਸ ਦੇ ਸਕਦੇ ਹਾਂ ਬਾਜੂ ਦੇ ਵਿੱਚ ਵੀ। ਸੋ ਇਹਦੇ ਨਾਲ ਬੋਟਮ 'ਤੇ ਆਪਾਂ ਇਸ ਤਰ੍ਹਾਂ ਦਾ ਵਰਕ ਕੀਤਾ ਹੈਗਾ। ਇਹ ਜਿਵੇਂ ਸਿਮਿਲਰ ਸਾਰੇ ਜਿਵੇਂ ਪੁੱਛਦੇ ਹੈਗੇ ਸਿਮਿਲਰ ਪ੍ਰਿੰਟ ਮਿਲਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਜੀ, ਸੋ ਤੁਸੀਂ ਕੋਈ ਹੋਰ ਪ੍ਰਿੰਟ ਨੂੰ ਵੀ ਐਜ਼ ਇਟ ਇਜ਼ ਆ ਜਿਹੜਾ ਯੂਜ਼ ਕਰ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਇਹ ਬਣਾਇਆ ਹੋਇਆ। ਸੋ ਇਹਦੇ ਨਾਲ ਕਰੀਮ ਬੋਟਮ ਤੁਸੀਂ ਮੈਂ ਦਿਖਾ ਚੁੱਕੀ ਹਾਂ ਇਸ ਤਰ੍ਹਾਂ ਦਾ ਸੀ, ਔਰ ਇੱਕ ਇਹਦੇ ਵਿੱਚ ਆਪਾਂ ਬਲੈਕ ਕਲਰ ਦਾ ਬਹੁਤ ਹੀ ਸੋਹਣਾ ਪ੍ਰਿੰਟ ਲੈ ਕੇ ਆਏ ਹਾਂ। ਸੋ ਇਹ ਵੀ ਮਸਲੀਨ ਦੀ ਬੋਟਮ ਹੈਗੀ ਹੈ, ਸ਼ਰਟ ਹੈਗੀ ਹੈ ਮਸਲੀਨ ਦੀ, ਔਰ ਇਹਦੇ ਨਾਲ ਜਿਵੇਂ ਕਰੀਮ ਕਲਰ ਵੀ ਵੈਸੇ ਤਾਂ ਯੂਜ਼ ਹੋ ਜਾਏਗਾ, ਪਰ ਕਰੀਮ ਕਲਰ ਆ ਜਿਹੜਾ ਥੋੜ੍ਹਾ ਜ਼ਿਆਦਾ ਬ੍ਰਾਈਟ ਲੱਗੂਗਾ, ਇਹਦੇ ਨਾਲ ਥੋੜ੍ਹਾ ਜਿਹਾ ਅਸੀਂ ਸੋਬਰ ਕਲਰ ਆ ਜਿਹੜਾ ਬੋਟਮ ਦੇ ਵਿੱਚ ਯੂਜ਼ ਕਰ ਰਹੇ ਹਾਂ। ਸੋ ਇਹ ਤੁਸੀਂ ਇਹ ਵੀ ਆਪਣੇ ਕੋਲ ਅਵੇਲੇਬਲ ਆ ਜੀ, ਇਹ ਸ਼ਰਟਸ ਵੀ, ਇਹਨਾਂ ਨੂੰ ਵੀ ਤੁਸੀਂ ਜਿਵੇਂ ਵੀ ਚਾਹੋ ਤੁਸੀਂ ਬਣਾ ਸਕਦੇ ਹੋ। ਸ਼ਰਟਸ ਦੇ ਵਿੱਚ ਬੋਟਮ ਨੂੰ ਜਿਵੇਂ ਵਰਕ ਕਰਨਾ ਤਾਂ ਆਪਾਂ ਬਲੈਕ ਕਲਰ ਦਾ ਔਰ ਰੋਜ਼ਿਸ ਵਾਲੀ ਕਲਰ ਦਾ ਇਹਦੇ 'ਤੇ ਵਰਕ ਕਰ ਸਕਦੇ ਹਾਂ, ਔਰਗੈਂਜ਼ਾ ਲਗਾ ਕੇ ਕਰਨਾ ਔਰਗੈਂਜ਼ਾ ਲਗਾ ਕੇ ਕਰ ਸਕਦੇ ਹਾਂ, ਔਰ ਕੱਟ ਵਰਕ ਕਰਵਾਉਣਾ ਜਿਵੇਂ ਆਪਾਂ ਦਿਖਾਇਆ ਸੋ ਉਵੇਂ ਬਣਾ ਸਕਦੇ ਹਾਂ। ਇਸ ਤਰ੍ਹਾਂ ਵੀ ਆਪਾਂ ਬਲੈਕ ਕਲਰ ਔਰ ਇਹਦੇ ਸ਼ਰਟ ਨਾਲ ਦੀ ਕਲਰ ਲਗਾ ਕੇ ਵੀ ਇਸ ਤਰ੍ਹਾਂ ਦਾ ਵਰਕ ਆ ਜਿਹੜਾ ਕਰ ਸਕਦੇ ਹਾਂ। ਸੋ ਇਹ ਸੀ ਜੀ ਕੁਝ ਪ੍ਰਿੰਟਡ ਪੀਸਿਸ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਪਿਆਰਾ ਜਿਹੜਾ ਪ੍ਰਿੰਟ ਹੈ ਜੀ, ਬਲੈਕ ਕਲਰ ਦੇ ਵਿੱਚ ਹੈ। ਇਹਦੇ ਸੈਂਟਰ ਪੈਨਲ ਦੇ ਵਿੱਚ ਲੇਸਿਸ ਪਾ ਕੇ, ਪਿੰਟੈਕਸ ਪਾ ਕੇ ਸ਼ਰਟ 'ਤੇ ਬੋਟਮ ਦੇ ਉੱਪਰ ਆਪਾਂ ਵਰਕ ਕਰ ਸਕਦੇ ਹਾਂ। ਸੋ ਇਹ ਜਿਵੇਂ ਇਸ ਤਰ੍ਹਾਂ
क्रीम कलर दे विच अपना इस तरह का वर्क कर सकते हैं। सो ऐसे जी कुछ नवे आइडियाज नवे डिजाइनस कि तुसी प्रिंटेड सूटां नूं जिहड़ा स्टाइलिश कि बना सकते हो। सो अगे आपां तुहाडे नाल नवे नवे डिजाइनिंग जिहड़ी शेयर करदे रहांगे। सो बने रहो मेरे चैनल दी स्टाइलिश ते वीडियो वाच करन लई बहुत बहुत थैंक यू जी। इंस्टा आई डी अपनी डिस्क्रिप्शन बॉक्स दे विच होगी, उत्थे जाके अपनी इंस्टा आई डी भी फॉलो कर सकते हो। सो इसे तरह आपां तुहाडे नाल नवे नवे जिहड़े स्टाइल आ शेयर करदे रहांगे। सो वीडियो वॉच करने लिए थैंक यू जी, थैंक यू सो मच।